ਫਾਜ਼ਿਲਕਾ ਦੇ ਸਰਾਫਾ ਬਾਜ਼ਾਰ ਦੇ ਵਿੱਚ ਹੁਣੇ ਹੁਣੇ ਹੋਈ ਵਾਰਦਾਤ। ਇੱਕ ਦੁਕਾਨ ਦੇ ਬਾਹਰ ਪਿਆ ਚਾਹ ਪੱਤੀ ਦਾ ਗੱਟਾ ਲੈ ਕੇ ਵਿਅਕਤੀ ਹੋ ਰਿਹਾ ਸੀ ਫਰਾਰ। ਦੁਕਾਨਦਾਰ ਦੀ ਮੁਸਤੈਦੀ ਦੇ ਨਾਲ ਟਲੀ ਘਟਨਾ। ਫਾਜ਼ਿਲਕਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਅਤੇ ਚੋਰਾਂ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਅੱਜ ਦਿਨ ਦਿਹਾੜੇ ਇੱਕ ਦੁਕਾਨ ਦੇ ਬਾਹਰ ਪਏ ਚਾਹ ਪੱਤੀ ਦੇ ਗੱਟੇ ਨੂੰ ਇੱਕ ਵਿਅਕਤੀ ਵੱਲੋਂ ਚੁੱਕਣ ਦਾ ਪ੍ਰਯਾਸ ਕੀਤਾ ਗਿਆ। ਵਿਅਕਤੀ ਵੱਲੋਂ ਗੱਟਾ ਚੁੱਕ ਵੀ ਲਿਆ ਗਿਆ, ਲੇਕਿਨ ਦੁਕਾਨਦਾਰ ਦੀ ਮੁਸਤੈਦੀ ਦੇ ਨਾਲ ਨੁਕਸਾਨ ਹੋਣ ਤੋਂ ਬਚ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੇ ਦੁਕਾਨ ਦਾ ਇੱਕ ਕਰਮਚਾਰੀ ਗੋਦਾਮ ਦੇ ਵਿੱਚੋਂ ਚਾਹ ਪੱਤੀ ਦਾ ਗੱਟਾ ਲੈ ਕੇ ਆਇਆ ਸੀ ਅਤੇ ਉਸਦੇ ਵੱਲੋਂ ਗੱਟਾ ਦੁਕਾਨ ਦੇ ਬਾਹਰ ਹੀ ਰੱਖ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਆਪਣੇ ਕੰਮ ਦੇ ਵਿੱਚ ਲੱਗ ਗਏ ਅਤੇ ਗ੍ਰਾਹਕ ਜ਼ਿਆਦਾ ਹੋਣ ਦੇ ਕਾਰਨ ਉਹ ਵਿਅਸਤ ਹੋ ਗਏ। ਜਿਸ ਤੋਂ ਬਾਅਦ ਇੱਕ ਵਿਅਕਤੀ ਆਇਆ ਅਤੇ ਉਸਦੇ ਵੱਲੋਂ ਚਾਹ ਪੱਤੀ ਦਾ ਗੱਟਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਸਦੀ ਨਿਗਾਹ ਉਹਨਾਂ 'ਤੇ ਪੈ ਗਈ ਅਤੇ ਉਹ ਵਿਅਕਤੀ ਗੱਟਾ ਛੱਡ ਕੇ ਭੱਜ ਗਿਆ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਵਾਰਦਾਤਾਂ ਲਗਾਤਾਰ ਵੱਧ ਰਹੀ ਹੈ ਅਤੇ ਚੋਰਾਂ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹੈ। ਉਹਨਾਂ ਨੇ ਸਰਾਫਾ ਬਾਜ਼ਾਰ ਦੇ ਵਿੱਚ ਪੁਲਿਸ ਕਰਮਚਾਰੀ ਤੈਨਾਤ ਕਰਨ ਦੀ ਮੰਗ ਕੀਤੀ ਹੈ। ਸਰਾਫਾ ਬਾਜ਼ਾਰ ਦੇ ਵਿੱਚੋਂ ਦੁਕਾਨ ਦੇ ਬਾਹਰ ਪਏ ਚਾਹ ਪੱਤੀ ਦੇ ਕੱਟੇ ਨੂੰ ਚੁੱਕਣ ਦੀ ਪੂਰੀ ਵਾਰਦਾਤ CCTV ਦੇ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। दो बंदे आए मोटरसाइकिल ते चाह दा कट्टा इक जने चलांदा पिया जी पिछो उतरिया ते उहने चाह दा कट्टा चक्किया ते हौली रखण लग गया। मेरी निगाह पै गई, मैं फिर खड़ा होया। मैं बोलिया उल्ट पुल बोलिया भी मैं भाई कितने लैके चले चाह का कट्टा। वो एकदम कुतरी रखन लगे और डिग पिया। फिर मैं जोर जोर की आवाजा मारी, चोर 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 निकल गए, भज गए। बंदे पहचान नहीं आई जी, नशेड़ी बंदे का काम जी है। दो नशेड़ी बंदे सी मोटरसाइकिल आए सी जी। किन्ने बजे की गल है? हो गया जी, समझ लो कोई लगभग 5 बजे की गल है जी। हां जी।